ਇਹਦੇ ਵਿੱਚ ਇੰਨੀ ਕੁ ਪਲੇ ਆ ਦੇਖੋ ਇਹਦੇ ਹੀ ਕਾਰਨ ਨਾਲ ਕਈ ਇਹਨਾਂ ਗੇਅਰ ਬਾਕਸ ਦਾ ਵੀ ਨੁਕਸਾਨ ਹੋ ਸਕਦਾ ਲੱਗਿਆ ਆ ਦੋ ਚੀਜ਼ਾਂ ਕੋਲ ਤੁਹਾਡੇ ਚਾਹੀਦੀਆਂ ਅਤੇ ਕਲੱਚ ਪਲੇਟ ਆਪਣੀ ਲੋਕ 'ਚੋਂ ਨਿਕਲ ਗਈ ਅਤੇ ਮੁੜ ਕੇ ਪੱਤੀ ਨੂੰ ਆਪਾਂ ਬਾਹਰ ਕੱਢ ਦੇਣਾ ਅਰਜੈਂਟ ਇਹਨੂੰ ਬਾਹਰ ਕੱਢੀ ਪੱਤੀ ਨੂੰ ਇਹਦੇ ਥੱਲੇ ਪੇਚਕਸ ਲਾਉਣਾ ਪਹਿਲਾਂ ਜੇ ਥੱਲੇ ਥੱਲੇ ਜੇ ਟਾਇਟ ਹੈ ਤਾਂ ਥੱਲੇ ਪੇਚਕਸ ਲਾਉਣਾ ਉੱਦਾਂ ਆਹ ਵੇਖੋ ਇਹਦੇ ਥੱਲੇ ਪੇਚਕਸ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਾਰੇ ਜ਼ਿਮੀਂਦਾਰ ਭਰਾਵਾਂ ਨੂੰ ਅੱਜ ਆਪਾਂ ਜੌਂ ਡੀਅਰ ਦੇ ਕਲੱਚ ਬਾਰੇ ਗੱਲ ਕਰਾਂਗੇ ਵੀ ਜੌਂ ਡੀਅਰ ਦਾ ਕਲੱਚ ਨਾ ਬਹੁਤ ਛੇਤੀ ਖੋਲ੍ਹ ਲੈਂਦੇ ਆ ਲੋਕ ਖੋਲ੍ਹਣ ਦਾ ਕੀ ਕਾਰਨ ਬਣ ਜਾਂਦਾ ਛੇਤੀ ਕਿਉਂਕਿ ਮੈਂ ਨਾ ਏਜੰਸੀ 'ਚ ਗਿਆ ਸੀ ਜੌਂ ਡੀਅਰ ਦੀ 'ਚ ਸਰਵਿਸ ਦਾ ਸਮਾਨ ਲੈਣ ਅਤੇ ਉੱਥੇ ਇੱਕ ਨਵਾਂ ਟਰੈਕਟਰ ਮੈਂ ਵੇਖਿਆ ਵੀ 21 ਮਾਡਲ ਆ ਅਤੇ ਉਹਦੀ ਕਲੱਚ ਪਲੇਟ ਘਸ ਗਈ ਸੀ ਅਤੇ ਉਹਨਾਂ ਨੇ ਕਲੱਚ ਪਲੇਟ ਖੋਲ੍ਹ ਕੇ ਅਤੇ ਨਵੀਂ ਪਾਉਣ ਡੇ ਅਤੇ ਮੈਂ ਵੀ ਲਾਗੇ ਖਲੋਤਾਂ ਅਤੇ ਬੜਾ ਹੈਰਾਨ ਵੀ ਏਡੀ ਛੇਤੀ ਟਰੈਕਟਰ ਨਵੇਂ ਦੀ ਕਲੱਚ ਪਲੇਟ ਕਿੱਦਾਂ ਉੱਡ ਗਈ ਵੀ ਟਰੈਕਟਰ 'ਤੇ 21 ਮਾਡਲ ਆ ਅਤੇ ਆਮ ਜੀ ਉਹਦੀ ਵਾਹੀ ਸੀ ਬੰਦੇ ਦੀ ਮੈਂ ਜਦੋਂ ਬੰਦੇ ਨੂੰ ਪੁੱਛਿਆ ਵੀ ਕਿੰਨੇ ਕੁ ਪੈਲੀਆਂ ਦੀ 10 ਕੁ ਕਿੱਲਿਆਂ ਦੀ ਵਾਹੀ ਅਤੇ ਮੈਂ ਏਡੀ ਛੇਤੀ ਕਲੱਚ ਪਲੇਟ ਜੌਂ ਡੀਅਰ ਦੀ ਕਿੱਦਾਂ ਉੱਡ ਗਈ ਆ ਵੀ ਕੀ ਰੀਜਨ ਬਣਿਆ ਵੀ ਏਡੀ ਛੇਤੀ ਉੱਡ ਗਈ ਅਤੇ ਕਹਿੰਦਾ ਵੀ ਮੈਂ ਤਾਂ ਜੌਂ ਦਾ ਕਲੱਚ ਟਰੈਕਟਰ ਲਿਆ ਸੀ ਮੈਂ ਤਾਂ ਕਲੱਚ ਪਲੇਟ ਵੱਲ ਏਡਾ ਖਿਆਲ ਧਿਆਨ ਨਹੀਂ ਦਿੱਤਾ ਅਤੇ ਇਹਦੇ ਵਿੱਚ ਇੱਕ ਮੇਨ ਜੀ ਚੀਜ਼ ਆ ਵੀ ਕਲੱਚ ਪਲੇਟ ਦੇ ਵਿੱਚ ਹਮੇਸ਼ਾ ਥੋੜ੍ਹੀ ਜਿਹੀ ਆਪਾਂ ਨੂੰ ਪਲੇ ਚਾਹੀਦੀ ਆ ਜਿੱਦਾਂ ਕਿ ਆਹ ਕਲੱਚ ਪਲੇਟ ਆ ਇਹਦੇ ਵਿੱਚ ਇੰਨੀ ਕੁ ਪਲੇ ਆ ਦੇਖੋ ਇੰਨੀ ਕੁ ਪਲੇ ਚਾਹੀਦੀ ਚਾਹੀਦੀ ਆ ਜਦੋਂ ਆਪਾਂ ਕਲੱਚ ਪਲੇਟ ਆਪਾਂ ਨੇ ਇੰਨੀ ਪਲੇ ਨਹੀਂ ਲੈਂਦਾ ਮੰਨ ਲਓ ਇਹ ਨਾਲ ਲੱਗਾ ਰਹਿੰਦਾ ਵਾ ਕਲੱਚ ਪਲੇਟ ਪੂਰੀ ਪਲੇ ਨਹੀਂ ਲੈਂਦਾ ਅਤੇ ਇਹ ਫਿਰ ਇਹ ਘਸ ਛੇਤੀ ਜਾਂਦੀ ਹੈ ਘਸਣ ਦੇ ਨਾਲ ਮਤਲਬ ਸਾਲ 'ਚ ਘਸ ਜੇ 2 ਸਾਲ 'ਚ ਘਸ ਕਿਉਂਕਿ ਜੁੜੀ ਰਹਿਣੀ ਹੈ ਜਦੋਂ ਇਹ 'ਚ ਪਲੇ ਨਹੀਂ ਹੋਣੀ ਹੁਣ ਇਹ 'ਚ ਆਖੋ ਪਲੇ ਪਾਈ ਆ ਇਹਦੇ ਨਾਲ ਇਹ ਕੀ ਆ ਵੀ ਕਲੱਚ ਪਲੇਟ ਘਸਦੀ ਨਹੀਂ ਜੁੜੀ ਨਹੀਂ ਰਹਿੰਦੀ ਉਹਨਾਂ ਦੇ ਵੀਰਾਂ ਦੇ ਰੀਜਨ ਇਹੋ ਹੋਇਆ ਵੀ ਉਹਨਾਂ ਨੇ ਪਲੇ ਨਹੀਂ ਪਾਈ ਆਹ ਜਿਹੜੀ ਆ ਅਤੇ ਉਹਨਾਂ ਦੀ ਕਲੱਚ ਪਲੇਟ ਜਿਹੜੀ ਕਾਫੀ ਘਸ ਗਈ ਅਤੇ ਤਾਂ ਕਰਕੇ ਉਹਨਾਂ ਨੂੰ ਨਵਾਂ ਟਰੈਕਟਰ ਖੋਲ੍ਹਣਾ ਪੈ ਗਿਆ ਅਤੇ ਇਹਦੇ ਵਿੱਚ ਤੁਹਾਨੂੰ ਮੈਂ ਵੀਡੀਓ 'ਚ ਦੱਸਦਾ ਵਾਂ ਵੀ ਇਹ ਕਲੱਚ ਪਲੇਟ ਜਦੋਂ ਟਾਇਟ ਹੋ ਜਾਂਦੀ ਆ ਵੀ ਕਿੱਦਾਂ ਕਿੱਦਾਂ ਢਿੱਲੀ ਕਰਨੀ ਆ ਕਿਹੜੀ ਕਿਹੜੀ ਪਿੰਨ ਆਪਾਂ ਕੱਢ ਕੇ ਕਿੰਨੀ ਕੁ ਢਿੱਲੀ ਕਰਨੀ ਆ ਉਹ ਆਪਾਂ ਤੁਹਾਨੂੰ ਇਹ ਸਾਰੀ ਵੀਡੀਓ ਦੇ ਵਿੱਚ ਦੱਸਾਂਗੇ ਵੀਡੀਓ ਤੁਸੀਂ ਐਂਡ ਤੱਕ ਜ਼ਰੂਰ ਵੇਖਿਓ ਅਤੇ ਆਪਣਾ ਚੈਨਲ ਆ ਦਿਓਲ ਬਾਈ ਫਾਰਮ ਇਹਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਆਓ ਤੁਹਾਨੂੰ ਮੈਂ ਦੱਸਦਾ ਵਾਂ ਵੀ ਇਹ ਕਿੱਦਾਂ ਕਿੱਦਾਂ ਆਪਾਂ ਇਹਨੂੰ ਢਿੱਲਿਆਂ ਕਰ ਸਕਦੇ ਹਾਂ ਇਹਨੂੰ ਹਮੇਸ਼ਾ ਤੁਸੀਂ ਜਦੋਂ ਚਲਾਉਣਾ ਟਰੈਕਟਰ ਇਹਨੂੰ ਚੈੱਕ ਕਰ ਲਿਆ ਕਰੋ ਮਤਲਬ ਜਿੱਦਾਂ ਸੀਜ਼ਨ 'ਤੇ ਚੱਲਣਾ ਵਾ ਅਤੇ ਚੌਥੇ ਪੰਜਵੇਂ ਦਿਨ ਵੀ ਟਾਇਟ ਤਾਂ ਨਹੀਂ ਹੋਣ ਡਿਆ ਜੇ ਟਾਇਟ ਹੋਣ ਡਿਆ ਤਾਂ ਸਮਝ ਲਓ ਤੁਹਾਡੀ ਕਲੱਚ ਪਲੇਟ ਘਸਣ ਡਈ ਆ ਉਹਨੂੰ ਫਿਰ ਆਪਾਂ ਢਿੱਲਾ ਕਰਨਾ ਉਹ ਕਿੱਦਾਂ ਢਿੱਲਾ ਕਰਨਾ ਵਾ ਉਹ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦੱਸਦੇ ਹਾਂ ਗੁਰਜੰਟ ਆਹ ਮਾੜਾ ਜਿਹਾ ਮੈਟ ਜਿਹਾ ਚੁੱਕ ਲਈ ਆਹ ਦੇਖੋ ਮੈਟ ਅਸੀਂ ਚੁੱਕ ਲਿਆ ਅਤੇ ਆਹ ਥੱਲੇ ਚੱਲ ਗਏ ਸਭ ਤੋਂ ਪਹਿਲਾਂ ਪੱਤੀ ਆਪਾਂ ਪਛਾਂ ਕਰ ਲੈਣੀ ਆ ਪੱਤੀ ਜਿਹੜੀ ਆ ਇਹ ਲੋਕ ਆਦਾ ਇੱਥੇ ਉੱਪਰ ਆਣ ਕੇ ਇਹ ਲੋਕ ਕਰਦੀ ਆ ਅਤੇ ਜਦੋਂ ਇਹ ਆਪਾਂ ਲੋਕ 'ਚੋਂ ਕੱਢ ਦੇਣੀ ਆ ਪੱਤੀ ਲੋਕ 'ਚੋਂ ਨਿਕਲ ਗਈ ਅਤੇ ਮੁੜ ਕੇ ਪੱਤੀ ਨੂੰ ਆਪਾਂ ਬਾਹਰ ਕੱਢ ਦੇਣਾ ਅਰਜੈਂਟ ਇਹਨੂੰ ਬਾਹਰ ਕੱਢੀ ਪੱਤੀ ਨੂੰ ਇਹਦੇ ਥੱਲੇ ਪੇਚਕਸ ਲਾਉਣਾ ਪਹਿਲਾਂ ਜੇ ਥੱਲੇ ਥੱਲੇ ਜੇ ਟਾਇਟ ਹੈ ਤਾਂ ਥੱਲੇ ਪੇਚਕਸ ਲਾਉਣਾ ਉੱਦਾਂ ਆਹ ਵੇਖੋ ਇਹਦੇ ਥੱਲੇ ਪੇਚਕਸ ਲਾਉਣਾ ਪੈਂਦਾ ਕਈ ਰਾਂ ਆਪਣੀ ਆਹ ਜਿਹੜੀ ਆ ਇਹ ਟਾਇਟ ਵਿੱਚ ਪਈ ਜਾਂਦੀ ਪਿੰਨ ਇਹ ਪਿੰਨ ਬਾਹਰ ਨਹੀਂ ਆਉਂਦੀ ਇਹਨੂੰ ਕੱਢ ਕੇ ਇਹਨੂੰ ਬਾਹਰ ਲੈ ਆਉਣਾ ਤੁਸੀਂ ਅਰਜੈਂਟ ਬਾਹਰ ਲੈ ਇਹਨੂੰ ਕਲੱਚ ਦੱਬ ਕੇ ਇੱਦਾਂ ਇਹਨੇ ਬਾਹਰ ਆ ਜਾਣਾ ਵਾ ਇਹ ਆਪਣੀ ਬਾਹਰ ਆ ਗਈ ਜਦੋਂ ਇਹਨੂੰ ਕੀ ਕਰਨਾ ਵਾ ਆਹ ਜਿਹੜਾ ਨੱਡ ਆ ਇਹਨੂੰ ਢਿੱਲਾ ਕਰ ਲੈਣਾ ਢਿੱਲਾ ਕਰਕੇ ਇਹ ਜਿਹੜੀ ਆ ਰਾਡ ਆ ਇਹਨੂੰ ਆਪਾਂ ਉਸ ਹਿਸਾਬ ਨਾਲ ਵਧਾ ਘਟਾ ਸਕਦੇ ਜਿੰਨੀ ਕੁ ਆਪਣੀ ਇਹ ਪਲੇ ਦੇਣੀ ਚਾਲੂ ਕਰਦੇ ਆਖੋ ਹੁਣ ਤਾਂ ਪੂਰਾ ਖਾਲੀ ਹੋ ਗਿਆ ਇਹਨੂੰ ਅਸੀਂ ਉਹਨਾਂ ਕੁ ਆਪਣੇ ਹਿਸਾਬ ਜੇ ਇਹਨਾਂ ਨੂੰ ਵਧਾ ਘਟਾ ਲੈਣਾ ਵਾ ਜਿੰਨੀ ਕੁ ਆਪਾਂ ਨੂੰ ਪਲੇ ਚਾਹੀਦੀ ਆਪਣੇ ਤਾਂ ਹੁਣ ਪਲੇ ਠੀਕ ਆ ਜਿਹਦੇ ਇਹ ਟਾਇਟ ਹੋ ਗਿਆ ਵਾ ਮੰਨ ਲਓ ਅਤੇ ਉਹਨੂੰ ਇਹ ਚੀਜ਼ ਕਰਨੀ ਚਾਹੀਦੀ ਸਿਰਫ ਗੱਲ ਕੀ ਆ ਵੀ ਆਹ ਪਿੰਨ ਪੁੱਟਣੀ ਇੱਕ ਤੁਸੀਂ ਇਹ ਪਿੰਨ ਥੋੜ੍ਹੀ ਜਿਹੀ ਜੇ ਟਾਇਟ ਪੁੱਟੀ ਜਾਵੇ ਤਾਂ ਇਹਦੇ ਥੱਲੇ ਤੁਸੀਂ ਪੇਚਕਸ ਲਾ ਲੈਣਾ ਵਾ ਅਤੇ ਫਿਰ ਪਿੰਨ ਆਪਣੀ ਸੌਖੀ ਪੁੱਟੀ ਜਾਂਦੀ ਆ ਅਤੇ ਜੇ ਉੱਦਾਂ ਪੁੱਟੀ ਜਾਵੇ ਤਾਂ ਵਧੀਆ ਗੱਲ ਆ ਇਹਨੂੰ ਖੋਲ੍ਹ ਕੇ ਉੱਪਰਲੇ ਨੜ ਨੂੰ ਪਹਿਲਾਂ ਢਿੱਲਾ ਕਰ ਲੈਣਾ ਵਾ ਪੂਰਾ ਢਿੱਲਾ ਕਰਨ ਤੋਂ ਬਾਅਦ ਇਹਨੂੰ ਫਿਰ ਘੁਮਾ ਕੇ ਰਾਡ ਨੂੰ ਆਪਣੇ ਢਿੱਲੀ ਕਰ ਦੇਣਾ ਵਾ ਇਹਦੇ ਤੋਂ ਵਧਾ ਘਟਾ ਕੇ ਜਿੰਨੀ ਕੁ ਲੋੜ ਆ ਮਤਲਬ ਇਹ ਨਹੀਂ ਵੀ ਪਲੇ ਆਪਾਂ ਇਹਨੂੰ ਪੂਰੀ ਨੂੰ ਫੁੱਲ ਐਂ ਦੱਬ ਗਏ ਤਾਂ ਇੱਥੇ ਜਾਣ ਡਿਆ ਵੀ ਇੰਨੀ ਪਲੇ ਨਹੀਂ ਆਪਾਂ ਦੇਣੀ ਪਲੇ ਅਸੀਂ ਉੰਨੀ ਕੁ ਦੇਣੀ ਬਸ ਅੱਧੇ ਕੁ ਇੰਚ ਦੀ ਮੰਨ ਲਓ ਇੰਨੀ ਕੁ ਪਲੇ ਇਹਦੇ ਵਿੱਚ ਹੋਵੇ ਬਸ ਇੰਨਾ ਕੀ ਕਰੇ ਇਹ ਨਾ ਹੋਵੇ ਵੀ ਨੱਟ ਜ਼ਿਆਦਾ ਢਿੱਲਾ ਕਰ ਦਿਉ ਤਾਂ ਤੁਹਾਡੀ ਪਲੇ ਇੰਨੀ ਹੋ ਜਾਵੇ ਇੰਨੀ ਪਲੇ ਨਹੀਂ ਦੇਣੀ ਪਲੇ ਬਸ ਇਹਦੇ ਵਿੱਚ ਅੱਧਾ ਕੁ ਇੰਚ ਪਲੇ ਬਹੁਤ ਆ ਇੰਨੀ ਕੁ ਪਲੇ ਕਰੀ ਜਾਵੇ ਟਰੈਕਟਰ ਕਲੱਚ ਫਿਰ ਬਹੁਤ ਵਧੀਆ ਵਾ
ਤੇ ਦੂਜੀ ਗੱਲ ਆ ਵੇਖੋ ਆ ਜਿੰਨੀਆਂ ਚੂੜੀਆਂ ਇਹਦੀਆਂ ਹੈਗੀਆਂ ਅੰਦਰ ਇਹ ਸਾਰੀਆਂ ਚੂੜੀਆਂ ਸਮਝ ਲਓ ਵੀ ਇਹਦੀ ਕਲਚ ਪਲੇਟ ਦੀ ਪਲੇ ਕੱਢਣ ਵਾਸਤੇ ਹੀ ਲਾਈਆਂ ਹੋਈਆਂ ਵਾ ਇਹ ਜਿੰਨੀਆਂ ਚੂੜੀਆਂ ਵਾ ਇਹ ਲਾਸਟ ਤੱਕ ਆਪਣਾ ਕਲਚ ਨੂੰ ਪਲੇ ਕੱਢ ਸਕਦੇ ਹਾਂ ਜਦੋਂ ਇਹ ਲਾਸਟ 'ਤੇ ਚੱਲ ਜਾਂਦੀ ਫਿਰ ਜਾ ਕੇ ਸਾਡੀ ਕਲਚ ਪਲੇਟ ਆਪਾਂ ਖਿਲਾਈਏ ਜਾਂ ਫਿਰ ਘੱਸਦੀ ਆ ਵੀ ਜਦੋਂ ਇਹ ਲਾਸਟ ਤੋਂ ਗਾੜੀ ਚੂੜੀਆਂ ਮੁੱਕ ਜਾਂਦੀਆਂ ਵਾ ਇਹਦੀਆਂ ਚੂੜੀਆਂ ਹੌਲੀ ਹੌਲੀ ਆਪਾਂ ਇਹਨੂੰ ਘੁਮਾਈ ਜਾਣਾ ਇਹਦੀਆਂ ਚੂੜੀਆਂ ਆਪਣੇ ਆਪ ਮੁੱਕ ਦੇਣਾ ਤਾਂ ਥੋੜ੍ਹਾ ਕਰ ਲਿਆ ਇੰਨਾ ਕਰ ਲਿਆ ਇੰਨਾ ਕਰ ਲਿਆ ਇਹਦਾ ਤਿੰਨ ਚਾਰ ਤਾਂ ਮਤਲਬ ਹੋ ਜਾਂਦਾ ਫਿਰ ਜਾ ਕੇ ਇਹਦਾ ਮਤਲਬ ਪਲੇ ਦੇਣੋਂ ਹਟ ਜਾਂਦਾ ਵਾ ਫਿਲਹਾਲ ਅਜੇ ਤਾਂ ਸਾਡਾ ਟਰੈਕਟਰ ਨਵਾਂ ਵਾ ਅਜੇ ਤਾਂ ਬਹੁਤ ਚੂੜੀ ਪਈ ਆ ਇਹ ਘੱਟੋ ਘੱਟ ਨਹੀਂ ਤਾਂ ਇੱਕ ਦੋ ਗੇੜੇ ਹੀ ਘੁਮਾਇਆ ਇਹਦੇ ਵਿੱਚ ਇੰਚ ਦਾ ਫਰਕ ਪੈਂਦਾ ਸਿਰਫ ਇਹ ਤਾਂ ਇੱਕ ਦੋ ਗੇੜੇ ਘੁਮਾਇਆ ਸੀ ਇਹਦੇ ਵਿੱਚ ਫਰਕ ਪੈ ਜਾਂਦਾ ਤੇ ਕਿੰਨੀ ਚੂੜੀ ਪਈ ਹੈ ਸਾਰੀ ਆਪਾਂ ਉਹ ਵੀਰ ਦੀ ਇਹੋ ਗਲਤੀ ਰਹੀ ਵੀ ਉਹਨੇ ਜੌਨ ਲੈਣ ਦਾ ਟਰੈਕਟਰ ਇਹਨੂੰ ਛੇੜਿਆ ਨਹੀਂ ਉਦੋਂ ਦਾ ਇਹ ਪੂਰਾ ਟਾਇਟ ਚੱਲਣ ਡਿਆ ਜਿਹਦੇ ਨਾਲ ਇਹ ਕਲੱਚ ਪਲੇਟ ਆਪਣੀ ਘੱਸਦੀ ਰਹੀ ਅਤੇ ਘਸਣ ਦੇ ਨਾਲ ਹੀ ਸਾਰਾ ਮਤਲਬ ਉਹਨੂੰ ਟਰੈਕਟਰ ਖੋਲ੍ਹਣਾ ਪੈ ਗਿਆ ਅਤੇ ਇਹ ਕਰਕੇ ਵੀਰਿਓ ਇਸ ਚੀਜ਼ਾਂ ਦੇ ਉੱਤੇ ਜ਼ਰੂਰ ਧਿਆਨ ਦਿਆ ਕਰੋ ਇਹ ਕਲੱਚ ਪਲੇਟ ਨੂੰ ਹਮੇਸ਼ਾ ਢਿੱਲਾ ਕਰਕੇ ਇੰਨਾ ਕੁ ਰੱਖੋ ਇੱਕ ਦੋ ਚੂੜੀ ਤੋਂ ਢਿੱਲੀ ਕਰ ਦਿਆ ਕਰੋ ਜਿਹਦੇ ਵਿੱਚ ਥੋੜ੍ਹੀ ਜਿਹੀ ਪਲੇ ਜ਼ਿਆਦਾ ਨਾ ਦਿਓ ਬਸ ਥੋੜ੍ਹੀ ਦਿਓ ਪਲੇ ਅਤੇ ਇਹ ਜਿੰਨੀਆਂ ਅੰਦਰ ਤੁਸੀਂ ਵੇਖਣਾ ਚੂੜੀਆਂ ਸਾਰੀ ਪਲੇ ਹੀ ਗਏ ਦੀ ਅਤੇ ਹੌਲੀ ਹੌਲੀ ਆਪਣੀ ਨਿਕਲਦੀ ਜਾਣੀ ਹੈ ਜਿੰਨੀ ਜਿੰਨੀ ਆਪਾਂ ਨੂੰ ਚਾਹੀਦੀ ਕਰ ਜਾਂ ਇਹਨੂੰ ਲਾ ਦੇ ਇਹਨੂੰ ਲਾਉਣ ਦਾ ਵੀ ਉਹੀ ਤਰੀਕਾ ਵਾ ਜਿੱਦਾਂ ਇਹਨੂੰ ਕੱਢਿਆ ਅਤੇ ਪਿੰਨ ਲਾ ਕੇ ਪੂਰਾ ਲੋਕ ਕਰ ਦੇਣਾ ਵਾ ਕਲੱਚ ਦੱਬ ਕੇ ਅੰਦਰ ਚੱਲ ਗਿਆ ਕਲੱਚ ਦੱਬ ਕੇ ਅੰਦਰ ਚੱਲ ਜਾਣੀ ਕਈ ਵਾਰ ਨਹੀਂ ਕਿਸੇ ਨੂੰ ਕੱਢਣੀ ਪਾਉਣੀ ਹੁੰਦੀ ਆਖੋ ਲਾ ਕੇ ਅਤੇ ਆਪਣੇ ਆ ਲਓ ਜੀ ਪੂਰਾ ਲੋਕ ਹੋ ਗਿਆ ਇਹ ਲੋਕ ਤਾਂ ਕਰ ਦਈਦਾ ਵਾ ਵੀ ਆਹ ਜਿਹੜਾ ਨਟ ਆ ਫਿਰ ਖੁੱਲ੍ਹੇ ਖੱਲੇ ਮਿਲੇ ਨਾ ਅਤੇ ਇਹ ਇਹ ਦੋ ਕੰਮ ਕਰ ਜਾਂਦੀ ਇੱਕ ਤਾਂ ਇਹਦੇ ਵਿੱਚ ਹੋ ਜਾਂਦੀ ਆ ਆਹ ਵੇਖੋ ਹੁਣ ਇੰਨੀ ਕੁ ਪਲੇ ਆ ਇਹਦੇ ਵਿੱਚ ਰਾੜ ਨਹੀਂ ਨਾ ਹਿਲਦੀ ਇੰਨੀ ਕੁ ਪਲੇ ਦੇ ਵਿੱਚ ਅਤੇ ਬਾਕੀ ਵੀਰਿਓ ਪਲੇ ਜ਼ਿਆਦਾ ਨਹੀਂ ਦੇਣੀ ਵੀ ਜ਼ਿਆਦੀਆਂ ਚੂੜੀਆਂ ਖੋਲ੍ਹਿਆ ਕੋਈ ਜ਼ਿਆਦਾ ਤਾਂ ਨਹੀਂ ਮਤਲਬ ਕਲੱਚ ਪਲੇਟ ਪਿੱਛੇ ਰਹਿਣੀ ਪਲੇ ਬਸ ਇੰਨੀ ਕੁ ਦੇਣੀ ਆ ਵੀ ਜਿੰਨਾ ਕੁ ਆਰਾਮਦਾਰੀ ਤੁਹਾਨੂੰ ਵੀ ਲਵੇ ਗੇਅਰ ਪਹੁੰਚ ਵੀ ਠੀਕ ਲੱਗੇ ਗੇਅਰ ਦੀ ਵੀ ਦਿੱਕਤ ਤਾਂ ਆਉਂਦੀ ਆ ਜਦੋਂ ਆਪਾਂ ਗੇਅਰ ਕਈ ਜਣਾ ਵੇਖਿਆ ਨਹੀਂ ਇਹਨਾਂ ਦੇ ਅੜ ਉੜ ਕੇ ਪੈਂਦੇ ਆ ਟ੍ਰੈਕਟਰ ਸਹੀ ਨਹੀਂ ਗੇਅਰ ਲੈਂਦਾ ਅੜਦਾ ਵਾ ਗੇਅਰ ਪਾਉਣ ਲੱਗਿਆ ਉਹ ਵੀ ਕਾਰਨ ਇਹ ਵੀ ਬਣਦਾ ਜਦੋਂ ਆਪਾਂ ਇਹਨੂੰ ਢਿੱਲਾ ਨਹੀਂ ਕੀਤਾ ਉਹਨਾਂ 'ਚ ਪਲੇ ਨਹੀਂ ਹੁੰਦੀ ਅਤੇ ਗੇਅਰ ਵੀ ਆਪਣਾ ਥੋੜ੍ਹਾ ਜਿਹਾ ਅੜ ਕੇ ਪੈਂਦਾ ਵਾ ਜਿੱਦਾਂ ਕਦੇ ਥੋੜ੍ਹੀ ਜਿਹੀ ਆਵਾਜ਼ ਕਰਨਾ ਸ਼ੁਰੂ ਹੋ ਜਾਂਦਾ ਵਾ ਇਹਦੇ ਹੀ ਕਾਰਨ ਨਾਲ ਕਈ ਇਹਨਾਂ ਗੇਅਰ ਬਕਸ ਦਾ ਵੀ ਨੁਕਸਾਨ ਹੋ ਸਕਦਾ ਵੀ ਗੇਅਰ ਅੜ ਕੇ ਪੈਣਾ ਹੀ ਪਾਉਣਾ ਵਾ ਕਿਉਂਕਿ ਕਲੱਚ ਪਲੇਟ ਸਾਡੀ ਲੱਗੀ ਰਹਿੰਦੀ ਆ ਅਤੇ ਇਸ ਕਰਕੇ ਛੋਟੀ ਜਿਹੀ ਚੀਜ਼ ਇਹਦੇ ਵੱਲ ਧਿਆਨ ਦੇ ਕੇ ਰੱਖਿਆ ਕਰੋ ਖਾਸ ਕਰਕੇ ਜੌਂਡੀਗਰ ਦਾ ਜੌਂਡੀਗਰ ਦੇ ਕਲੱਚ ਪਲੇਟ ਮੈਂ ਉਦਣ ਏਜੰਸੀ 'ਚ ਕਿਹਾ ਵੇਖ ਕੇ ਹੈਰਾਨ ਹੈਗਾ ਵੀ ਏਡੀ ਛੇਤੀ ਖੋਲ੍ਹ ਕਿੱਦਾਂ ਲਈ ਹੈ ਅਤੇ ਕਾਰਨ ਉਹਦਾ ਇਹੀ ਬਣਿਆ ਵੀ ਉਹਨਾਂ ਨੇ ਢਿੱਲੀ ਨਹੀਂ ਕੀਤੀ ਅਤੇ ਉਹਦਾ ਗੇਅਰ ਵੀ ਉਹ ਵੀਰ ਦੇ ਕਹਿਣ ਦੇ ਮੁਤਾਬਕ ਟਾਇਟ ਪੈਂਦਾ ਇਹ ਟਾਇਟ ਫਿਰ ਆਪ ਹੀ ਪੈਣਾ ਸੀ ਜਦੋਂ ਕਲੱਚ ਪਲੇਟ ਆਪਣੀ ਪਲੇ ਨਹੀਂ ਦੇਣ ਡਿਆ ਇੱਥੋਂ ਹੁਣ ਇੰਨੀ ਪਲੇ ਹੋ ਗਈ ਇੱਥੇ ਫ੍ਰੀ ਹੋ ਗਿਆ ਆਣ ਕੇ ਇੱਥੇ ਹੁਣ ਗੇਅਰ ਜਿੱਦਾਂ ਮਰਜ਼ੀ ਪਾਓ ਇੱਥੇ ਜਿੱਦਾਂ ਮਰਜ਼ੀ ਮਤਲਬ ਗੇਅਰ ਪੈਂਦਾ ਲੈਂਦਾ ਕੋਈ ਗੱਲ ਨਹੀਂ ਹੁੰਦੀ ਅਤੇ ਜੋ ਕਲੱਚ ਪਲੇਟ ਘਸਣ ਡਿਆ ਪੈਂਦੀ ਜਿੱਦਾਂ ਲੱਗੀਆਂ ਫਿਰ ਗੇਅਰ ਦੇ ਵਿੱਚ ਵੀ ਤੰਗੀ ਆਉਣ ਡਿਆ ਪੈਂਦੀ ਆ ਅਤੇ ਇਸ ਕਰਕੇ ਛੋਟੀ ਜਿਹੀ ਜਾਣਕਾਰੀ ਆ ਵੀਰਿਓ ਕਿ ਕਲੱਚ ਪਲੇਟ ਨੂੰ ਹਮੇਸ਼ਾ ਢਿੱਲਾ ਰੱਖੋ ਇੰਨਾ ਕੁ ਪਲੇ ਦੇ ਕੇ ਅਤੇ ਢਿੱਲਾ ਕਿੱਦਾਂ ਕਰਨਾ ਉਹ ਵੀ ਤੁਹਾਨੂੰ ਸਾਰੀ ਵੀਡੀਓ ਦੇ ਵਿੱਚ ਆਪਾਂ ਦੱਸ ਦਿੱਤਾ ਵਾ ਲੈ ਕਰ ਜਿਹੜੇ ਸਿਆ ਮੈਟ ਕਰਦੇ ਉੱਪਰ ਹੁਣ ਮੈਟ ਲਾ ਕੇ ਨਟ ਲਾ ਦੇ ਬਾਕੀ ਆਹ ਦੋ ਚੀਜ਼ਾਂ ਦੀ ਬਸ ਲੋੜ ਪੈਂਦੀ ਆ ਇਹਨੂੰ ਢਿੱਲਾ ਕਰਨ ਲੱਗਿਆਂ ਆਹ ਦੋ ਚੀਜ਼ਾਂ ਕੋਲ ਤੁਹਾਡੇ ਚਾਹੀਦੀਆਂ ਅਤੇ ਕਲੱਚ ਪਲੇਟ ਆਪਣੀ ਢਿੱਲੀ